ਨਰਾਤਿਆਂ ਦਾ ਤਿਉਹਾਰ ਇੱਕ ਅਜਿਹਾ ਤਿਉਹਾਰ ਹੈ ਜੋ ਕਿ 9 ਦਿਨ ਤੱਕ ਚੱਲਦਾ ਹੈ, ਜਿਸ ਦਿਨ ਭਾਰਤ ਅਤੇ ਦੁਨੀਆ ਭਰ ਦੇ ਸ਼ਰਧਾਲੂਆਂ ਦੇ ਵੱਲੋਂ ਦੇਵੀ ਦੁਰਗਾ ਅਤੇ ਉਹਨਾਂ ਦੇ 9 ਬ੍ਰਹਮ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਸਾਲ ਇਹ 3 ਅਕਤੂਬਰ ਨੂੰ ਸ਼ੁਰੂ ਹੋਇਆ ਅਤੇ 12 ਅਕਤੂਬਰ ਨੂੰ ਖਤਮ ਹੋਵੇਗਾ। ਹਾਲਾਂਕਿ ਲੋਕ ਇਸ ਸ਼ੁਭ ਤਿਉਹਾਰ ਨੂੰ ਕਈ ਤਰੀਕਿਆਂ ਨਾਲ ਮਨਾਉਂਦੇ ਨੇ, ਜਿਵੇਂ ਕਿ ਬਹੁਤ ਸਾਰੇ ਲੋਕ ਇਸ ਸਮੇਂ ਦੌਰਾਨ 9 ਦਿਨ ਵਰਤ ਰੱਖਦੇ ਨੇ। ਵਰਤ ਦੇ ਦੌਰਾਨ ਲੋਕ ਅਨਾਜ ਖਾਣ ਤੋਂ ਪਰਹੇਜ਼ ਕਰਦੇ ਨੇ, ਇਸ ਦੀ ਬਜਾਏ ਫਲ ਅਤੇ ਜੂਸ ਪੀਂਦੇ ਨੇ। ਇਹ ਤੁਹਾਡੀ ਸਿਹਤ ਲਈ ਜਾਂ ਧਾਰਮਿਕ ਜਾਂ ਨੈਤਿਕ ਉਦੇਸ਼ਾਂ ਲਈ ਚੰਗੀ ਹੋ ਸਕਦੀ ਹੈ, ਪਰ ਤੁਹਾਡੀ ਵਰਤ ਦਾ ਕਾਰਨ ਜੋ ਵੀ ਹੋਵੇ, ਵਰਤ ਰੱਖਣ ਵਾਲੇ ਲੋਕ ਦੁਆਰਾ ਦੱਸੀ ਗਈ ਇੱਕ ਆਮ ਸਮੱਸਿਆ ਐਸਿਡਿਟੀ ਹੈ। ਨਿਊਜ਼ 18 ਦੀ ਰਿਪੋਰਟ ਮੁਤਾਬਕ ਉਹਨਾਂ ਨੇ ਇੱਕ ਮਾਹਰ ਨਾਲ ਗੱਲਬਾਤ ਕੀਤੀ ਅਤੇ ਪੁੱਛਿਆ ਕਿ ਦੋਵੇਂ ਜੁੜੇ ਹੋਏ ਹਨ ਅਤੇ ਲੱਛਣਾਂ ਨੂੰ ਘੱਟ ਕਰਨ ਲਈ ਕੀ ਕੀਤਾ ਜਾ ਸਕਦਾ ਹੈ, ਤਾਂ ਮਾਹਰ ਦੇ ਵੱਲੋਂ ਕੀ ਕਿਹਾ ਗਿਆ, ਆਓ ਤੁਹਾਨੂੰ ਦੱਸਦੇ ਹਾਂ। ਮਾਹਰ ਦੇ ਵੱਲੋਂ ਕਿਹਾ ਗਿਆ ਕਿ ਵਰਤ ਰੱਖਣ ਦੇ ਨਾਲ ਸਰੀਰ ਨੂੰ ਕੁਦਰਤੀ ਤੌਰ 'ਤੇ ਡੀਟੋਕਸੀਫਾਈ ਕੀਤਾ ਜਾਂਦਾ ਹੈ। ਜਦੋਂ ਅਸੀਂ 10 ਦਿਨਾਂ ਤੱਕ ਭੋਜਨ ਤੋਂ ਪਰਹੇਜ਼ ਕਰਦੇ ਹਾਂ ਤਾਂ ਸਰੀਰ ਆਪਣੇ ਆਪ ਹੀ ਡੀਟੋਕਸ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਨਾਲ ਲੀਵਰ, ਕਿਡਨੀ ਅਤੇ ਸਰੀਰ ਦੇ ਹੋਰ ਅੰਗਾਂ ਦੀ ਵੀ ਕੁਦਰਤੀ ਤਰੀਕੇ ਦੇ ਨਾਲ ਸਫਾਈ ਹੁੰਦੀ ਹੈ। ਇੱਕ ਰਿਪੋਰਟ ਦੇ ਅਨੁਸਾਰ ਵਰਤ ਰੱਖਣ ਨਾਲ ਆਟੋਫੈਜ਼ੀ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਦੇ ਵਿੱਚ ਸਰੀਰ ਨੁਕਸਾਨੇ ਗਏ ਸੈੱਲਾਂ ਨੂੰ ਖਤਮ ਕਰਦਾ ਹੈ ਅਤੇ ਸਿਹਤਮੰਦ ਸੈੱਲਾਂ ਨੂੰ ਦੁਬਾਰਾ ਪੈਦਾ ਕਰਦਾ ਹੈ, ਜੋ ਪੂਰੇ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੇ ਨਾਲ ਹੀ ਗੱਲ ਕਰੀਏ ਤਾਂ ਵਰਤ ਰੱਖਣ ਦੇ ਨਾਲ ਮੈਟਾਬੋਲਿਜ਼ਮ ਵੱਧਦਾ ਹੈ। ਜਦੋਂ ਤੁਸੀਂ ਵਰਤ ਰੱਖਦੇ ਹੋ ਤਾਂ ਤੁਹਾਡਾ ਸਰੀਰ ਊਰਜਾ ਲਈ ਗਲੂਕੋਜ਼ ਦੀ ਵਰਤੋਂ ਕਰਨ ਦੀ ਬਜਾਏ ਚਰਬੀ ਨੂੰ ਸਾੜਨਾ ਸ਼ੁਰੂ ਕਰ ਦਿੰਦਾ ਹੈ, ਜਿਸ ਨਾਲ ਮੈਟਾਬੋਲਿਜ਼ਮ ਵਧੀਆ ਢੰਗ ਦੇ ਨਾਲ ਕੰਮ ਕਰਦਾ ਹੈ। ਖੋਜ ਦਰਸਾਉਂਦੀ ਹੈ ਕਿ ਰੁਕ ਰੁਕ ਕੇ ਵਰਤ ਰੱਖਣ ਦੇ ਨਾਲ ਇਨਸੁਲਿਨ ਦੇ ਵਿੱਚ ਸੁਧਾਰ ਹੋ ਸਕਦਾ ਹੈ, ਜੋ ਸਰੀਰ ਦੇ ਖੂਨ ਦੇ ਵਿੱਚ ਸ਼ੂਗਰ ਦੇ ਪੱਧਰ ਨੂੰ ਸਹੀ ਢੰਗ ਦੇ ਨਾਲ ਕੰਮ ਕਰਨ ਵਿੱਚ ਮਦਦ ਕਰਦਾ ਹੈ। ਉੱਥੇ ਹੀ ਵਰਤ ਰੱਖਣ ਦੇ ਨਾਲ ਕੈਲਰੀ ਦੀ ਮਾਤਰਾ ਸੀਮਿਤ ਹੁੰਦੀ ਹੈ, ਇਸ ਲਈ ਇਹ ਕੁਦਰਤੀ ਭਾਰ ਘਟਾਉਣ ਦੇ ਵਿੱਚ ਮਦਦਗਾਰ ਹੋ ਸਕਦਾ ਹੈ। ਖੋਜ ਦੇ ਅਨੁਸਾਰ ਰੁਕ ਰੁਕ ਕੇ ਵਰਤ ਰੱਖਣ ਦੇ ਨਾਲ ਮਾਸ਼ਪੇਸ਼ੀਆਂ ਦੇ ਪੁੰਜ ਨਾਲ ਸਮਝੌਤਾ ਕੀਤੇ ਬਿਨਾਂ ਸਰੀਰ ਦੇ ਭਾਰ ਅਤੇ ਸਰੀਰ ਦੀ ਚਰਬੀ ਨੂੰ ਘਟਾਇਆ ਜਾ ਸਕਦਾ ਹੈ। ਨਵਰਾਤਰੀ ਦਾ ਵਰਤ ਜਦੋਂ ਸਹੀ ਢੰਗ ਨਾਲ ਕੀਤਾ ਜਾਂਦਾ ਹੈ ਤਾਂ ਤੁਹਾਨੂੰ ਉਹ ਵਾਧੂ ਕਿਲੋ ਘਟਾਉਣ ਅਤੇ ਸਿਹਤਮੰਦ ਤਰੀਕੇ ਦੇ ਨਾਲ ਚਰਬੀ ਘਟਾਉਣ ਦੇ ਵਿੱਚ ਮਦਦ ਮਿਲ ਸਕਦੀ ਹੈ। ਵਰਤ ਰੱਖਣ ਦਾ ਮਾਨਸਿਕ ਸਿਹਤ ਵੀ ਵਧੀਆ ਹੁੰਦੀ ਹੈ, ਤਾਂ ਇਹ ਵੀ ਤੁਹਾਨੂੰ ਦੱਸ ਦਿੰਦੇ ਹਾਂ, ਵਰਤ ਰੱਖਣ ਦੇ ਨਾਲ ਸਿਰਫ ਸਰੀਰ ਨੂੰ ਹੀ ਨਹੀਂ ਲਾਭ ਪਹੁੰਚਦਾ, ਸਗੋਂ ਦਿਮਾਗ ਨੂੰ ਵੀ ਇਸਦਾ ਬਹੁਤ ਫਾਇਦਾ ਪਹੁੰਚਦਾ ਹੈ। ਅਧਿਐਨਾਂ ਨੇ ਇੱਕ ਪਾਇਆ ਹੈ ਕਿ ਰੁਕ ਰੁਕ ਕੇ ਵਰਤ ਰੱਖਣ ਨਾਲ ਬੋਧਾਤਮਕ ਕਾਰਜ ਯਾਦਾਸ਼ ਅਤੇ ਮੂਡ ਦੇ ਵਿੱਚ ਸੁਧਾਰ ਹੋ ਸਕਦਾ ਹੈ। ਫਰੰਟੀਅਰਸ ਇਨ ਏਜਿੰਗ ਨਿਊਰੋਸਾਇੰਸ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਨੇ ਦੱਸਿਆ ਹੈ ਕਿ ਵਰਤ ਰੱਖਣ ਨਾਲ ਦਿਮਾਗ ਤੋਂ ਪ੍ਰਾਪਤ ਨਿਊਰੋਟ੍ਰੈਫਿਕ ਫੈਕਟਰ ਦੇ ਉਤਪਾਦਨ ਦੇ ਵਿੱਚ ਵਾਧਾ ਹੁੰਦਾ ਹੈ, ਜੋ ਦਿਮਾਗ ਦੀ ਸਿਹਤ ਲਈ ਮਹੱਤਵਪੂਰਨ ਹੈ ਅਤੇ ਅਲਜ਼ਾਈਮਰ ਵਰਗੀਆਂ ਨਿਊਰੋਜਨਰੇਟਿਕ ਬਿਮਾਰੀਆਂ ਤੋਂ ਬਚਾ ਕਰ ਸਕਦਾ ਹੈ। ਵਰਤ ਰੱਖਣ ਦਾ ਇੱਕ ਹੋਰ ਫਾਇਦਾ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੁਰਾਣੀ ਸੋਜਿਸ਼ ਕਈ ਬਿਮਾਰੀਆਂ ਨਾਲ ਜੁੜੀ ਹੁੰਦੀ ਹੈ, ਜਿਵੇਂ ਕਿ ਦਿਲ ਦੀ ਬਿਮਾਰੀ, ਸ਼ੂਗਰ ਅਤੇ ਕੈਂਸਰ। ਵਰਤ ਰੱਖਣ ਦੇ ਨਾਲ ਸਰੀਰ ਦੇ ਵਿੱਚ ਸੋਜ ਨੂੰ ਘੱਟ ਕਰਨ ਦੇ ਵਿੱਚ ਮਦਦ ਵੀ ਮਿਲਦੀ ਹੈ। ਇੱਕ ਅਧਿਐਨ ਦੇ ਵਿੱਚ ਕਿਹਾ ਗਿਆ ਹੈ ਕਿ ਰੁਕ ਰੁਕ ਕੇ ਵਰਤ ਰੱਖਣ ਨਾਲ ਸੋਜਿਸ਼ ਵਾਲੇ ਮਾਰਕਰਾਂ ਦੇ ਪੱਧਰ ਘੱਟਦੇ ਨੇ, ਜਿਸ ਨਾਲ ਆਕਸੀਟੇਟਿਵ ਤਣਾਅ ਅਤੇ ਪੁਰਾਣੀ ਸੋਜਿਸ਼ ਵਿੱਚ ਕਮੀ ਆਉਂਦੀ ਹੈ।